ਯੰਗ ਆ ਕੁੜੀ, ਪੜ੍ਹੀ ਲਿਖੀ ਵੀ ਲੱਗਦੀ ਹੈ, ਸਮਝਦਾਰ ਵੀ, ਮੈਂਟਲੀ ਠੀਕ ਨਹੀਂ ਹੈਗੀ। ਤੇ ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਦੀ ਸੜਕਾਂ ਤੇ ਕੀ ਦੁਰਗਤੀ ਹੁੰਦੀ ਆ, ਕਿੱਦਾਂ ਕਿੱਦਾਂ ਦਾ ਇਹਨਾਂ ਨੂੰ ਹਵਾਨ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਭੈਣ ਦੇ ਨਾਲ ਕੀ ਦੁਰਗਤੀ ਹੁੰਦੀ ਹੋਊਗੀ, ਇਹ ਵੀ ਤੁਸੀਂ ਅੰਦਾਜ਼ਾ ਲਾ ਸਕਦੇ। ਜਿਹੜੀ ਸਾਨੂੰ ਵੀਰੇ ਨੇ, ਰਵਿੰਦਰ ਵੀਰੇ ਨੇ ਵੀਡੀਓ ਬਣਾ ਕੇ ਭੇਜੀ ਸੀਗੀ, ਓਸਵਾਲ ਹਸਪੀਟਲ ਦੇ ਬਾਹਰ ਬੈਠੀ ਸੀ ਭੈਣ ਇਹ, ਉਹਦੇ ਵਿੱਚ ਬਿਲਕੁਲ ਨਗਨ ਅਵਸਥਾ ਚ ਬੈਠੀ ਸੀ ਇਹ ਭੈਣ। ਸਤਿ ਸ੍ਰੀ ਅਕਾਲ ਵੀਰੇ, ਤੁਸੀਂ ਵੀਡੀਓ ਭੇਜੀ ਸਾਨੂੰ, ਧੰਨਵਾਦ ਵੀਰੇ। ਇਹ ਕਦੋਂ ਤੋਂ ਦੇਖੀ ਇਹ ਭੈਣ? ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ। ਅੱਛਾ, ਭਜਾਉਂਦੇ ਸੀ ਮਾਇਕ ਦੇ ਵੀਰੇ ਨੂੰ? ਅੱਛਾ ਜੀ, ਇਹ ਸਵੇਰੇ ਇੱਥੇ ਬੈਠੇ ਸੀ, ਆਪਾਂ ਨੂੰ ਇਹ ਦੇਖਿਆ ਪਿੱਛੋਂ ਵੀ ਅਧਨੰਗਾ ਜਿਹਾ ਥੋੜਾ ਜਿਹਾ ਲੱਗਿਆ ਆਪਾਂ ਨੂੰ, ਤੇ ਮੈਂ ਤੁਹਾਡਾ ਨੰਬਰ ਕੱਢਿਆ ਤੇ ਮੈਂ ਕਿਹਾ ਬਾਈ ਜੀ ਹੁਣ ਇਹ ਕੰਮ ਬਾਈ ਜੀ ਹੁਣਾਂ ਦਾ ਹੀ ਆ ਜੀ, ਬਾਈ ਜੀ ਨੂੰ ਫੋਨ ਕਰੀਏ। ਕੁਛ ਦੱਸਦੀ ਆ ਭੈਣ? ਹਾਂ, ਇਹ ਕਹਿੰਦੇ ਮੈਂ ਹੈਦਰਾਬਾਦ ਤੋਂ ਆ, ਮੈਂ ਵੀਡੀਓ ਵੀ ਬਣਾਈ ਹੋਈ ਆ। ਬੈਠਣ ਨੂੰ ਲੈ ਕੱਢੀ, ਮੈਂ ਵੀਡੀਓ ਬਣਾ ਕੇ। ਸਤਿ ਸ੍ਰੀ ਅਕਾਲ, ਬਣਾ ਵੀਡੀਓ। ਹਜ਼ਾਰ ਰੁਪਏ ਲੈ ਗਈ, ਕੀ ਕਰੇਗੀ ਹਜ਼ਾਰ ਰੁਪਏ? ਕਹਾਂ ਜਾਏਗੀ? ਕਹਾਂ? ਹੈਦਰਾਬਾਦ। ਜਲੇਵਨ ਹੈਦਰਾਬਾਦ ਚਲੇ ਜਾਤੇ ਬੇਟਾ। ਅੱਛਾ, ਬੇਟਾ ਦੇ ਦਿੱਤੇ ਦੀਦੀ ਪੈਸਾ। ਦੀਦੀ ਤੁਹਾਡਾ ਨਾਮ ਕਿਆ ਹੈ? ਅਤੀਜਾ ਹੈ ਮੇਰਾ ਨਾਮ। ਅਤੀਜਾ? ਹਾਂ। ਅਤੀਜਾ ਖਾਨ? ਹਾਂ, ਅਤੀਜਾ ਹੈ ਮੇਰੇ ਮਾਪੇ ਤਾਂ ਚਲੇ ਜਾਤੇ। ਤੁਹਾਡੇ ਸ਼ੋਹਰ ਦਾ ਨਾਮ ਕਿਆ ਹੈ? ਮੇਰੇ ਸ਼ੋਹਰ ਦਾ ਨਾਮ ਜੁਗਨੂ ਹੈ। ਜੁਗਨੂ, ਔਰ ਤੁਹਾਡੇ ਵਾਲਿਦ ਦਾ ਨਾਮ ਕਿਆ ਹੈ? ਵਾਲਿਦ ਦਾ ਨਾਮ ਤਾਂ ਨਹੀਂ ਮਾਲੂਮ ਮੇਰੇ ਕੋਲ। ਕਲਮਾ ਪੜ੍ਹਨਾ ਆਤਾ ਤੇਰੇ ਕੋ? ਨਹੀਂ ਆਤਾ ਬੇਟਾ ਮੇਰੇ ਕੋ, ਨਹੀਂ ਆਤਾ ਬੇਟਾ ਮੇਰੇ ਕੋ। ਵਾਹਿਗੁਰੂ 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 ਕਿਆ? ਵਾਹਿਗੁਰੂ ਖਤੀਜਾ 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 ਵਾਹਿਗੁਰੂ ਖਤੀਜਾ ਹੈ ਨਾਮ ਮੇਰਾ। ਖਤੀਜਾ ਨਹੀਂ, ਵਾਹਿਗੁਰੂ ਖਤੀਜਾ ਹੈ ਮੇਰਾ ਨਾਮ। ਵਾਹਿਗੁਰੂ ਕੈਸਾ ਨਹੀਂ ਚਾਹੀਏ? ਭੇਜ ਦੇਗੇ, ਭੇਜ ਦੇਗੇ। ਹੈਦਰਾਬਾਦ ਕੌਣ ਸੇ ਮਹੱਲੇ ਮੇ ਜਾਣਾ ਹੈ? ਸਿਕੰਦਰਾਬਾਦ ਭੇਜ ਦੇ। ਹਾਂ, ਭੇਜ ਦੇ। ਔਰ ਪੈਸਾ ਦੇ ਦੂ ਇੱਕ ਵਾਰ, ਟਿਕਟ ਤੋਂ ਜ਼ਿਆਦਾ ਲੱਗੇਗਾ ਨਾ? ਕਿਤਨਾ ਲੱਗੇਗਾ ਟਿਕਟ ਦੀ? ਹਜ਼ਾਰ ਰੁਪਏ ਲੱਗੇਗਾ, ਇੱਕ ਹਜ਼ਾਰ ਰੁਪਏ ਕਾ ਟਿਕਟ ਲੱਗੇਗਾ। ਤੋ ਫਿਰ ਆਗੇ ਜਾ ਕੇ ਇਤਨਾ ਭਾੜਾ ਤੋ ਔਰ ਵੀ ਚਾਹੀਏ ਹੋਗਾ ਫਿਰ ਤੇਰੇ ਕੋ? ਤੁਲੋ ਦੀਦੀ, ਔਰ ਚਾਹੀਏ ਦੀਦੀ? ਕਿਤਨਾ ਲੱਗੇਗਾ ਔਰ? ਹਜ਼ਾਰ ਰੁਪਏ ਲੱਗਤੇ ਬੇਟਾ। ਮੈਂ ਜੇ ਕਿਤਨਾ ਹੈ? ਜੇ ਕਿਤਨਾ ਹੈ? 200 ਹੈ। 200 ਹੈ, ਜੇ ਦੇਖੋ ਕਿਤਨਾ ਹੈ? 300 ਹੋ ਗਿਆ। ਔਰ ਜੇ ਦੀਦੀ? 400 ਹੋ ਗਿਆ। 400 ਜੇ ਦੀਦੀ ਕਿਤਨੇ ਕਾ ਨੋਟ ਹੈ? 50 ਕੀ ਹੈ ਜੇ? 50 ਕਾ ਨੋਟ ਹੈ? 20 ਕਾ ਹੈ? 20 ਕੀ ਨੋਟ ਹੈ? ਨਹੀਂ ਨਹੀਂ, 50 ਕਾ 20 ਕਾ ਬਤਾਓ। ਆਏ ਕਿ ਬੇਟਾ ਮੇਰੇ ਕੋ ਨਹੀਂ ਮਾਲੂਮ, ਆਪਾਂ ਪੜ੍ਹਦੇ ਨਹੀਂ ਨਹੀਂ ਪਾਉਂ ਕੋ ਹੱਥ ਨਹੀਂ ਲਗਾ। ਮੇਰੇ ਕੋ ਛੋੜ ਦਾ ਲੈ। ਕਿਤਨਾ ਕਿਤਨਾ ਪੜ੍ਹੀ ਹੈ ਦੀਦੀ ਤੂੰ? ਕਿਤੇ ਪੈਸੇ ਹੈ ਕਿ ਮੈਂ ਅਨਪੜ੍ਹ ਹੂੰ ਬੇਟਾ, ਮੇਰੇ ਕੋ ਨਹੀਂ ਆਤੀ ਪੜ੍ਹਾਈ, ਮੇਰੇ ਕੋ ਪੜ੍ਹਾਈ ਨਹੀਂ ਆਤੀ ਬੇਟਾ। ਥੋੜਾ ਵੀਰੇ ਰਸ਼ ਘਟਾ ਦੋ ਪਲੀਜ਼, ਥੋੜਾ ਡਰ ਰਹੇ ਪਲੀਜ਼। ਇਧਰਲੇ ਪਾਸੇ ਆ ਜਾਓ ਸਾਰੇ, ਇਧਰਲੇ ਆ ਜਾਓ, ਥੋੜਾ ਘਟਾ ਦੋ ਰਸ਼, ਇਧਰਲੇ ਪਾਸੇ ਆ ਜਾਓ ਵੀਰੇ, ਇਧਰ ਆ ਜਾਓ, ਇੱਥੇ ਆ ਜਾਓ, ਇੱਥੇ ਆ ਜਾਓ, ਤੁਸੀਂ ਵੀ ਇਧਰ ਆ ਜਾਓ, ਇਧਰ ਆ ਜਾਓ ਵੀਰੇ, ਇਧਰ ਆ ਜਾਓ। ਚਲੋ ਭੈਣੇ, ਤੂੰ ਜਾਣਾ ਬੱਸ ਚੜਾ ਦੀਏ ਤੈਨੂੰ ਹੈਦਰਾਬਾਦ ਵਾਲੀ? ਅਸੀਂ ਖੜੇ ਆ ਜੀ ਲੁਧਿਆਣੇ ਅੰਤਰਰਾਸ਼ਟਰੀ ਅੰਤਰਰਾਜੀ ਬੱਸ ਅੱਡਾ ਸਾਹਮਣੇ, ਤੁਸੀਂ ਪੜ੍ਹ ਰਹੇ ਹੋ ਲੁਧਿਆਣੇ। ਤੇ ਇਹਦੇ ਬਾਹਰ ਨਹੀਂ ਵੀਰੇ, ਬਸ ਹੋਰ ਨਾ ਪੈਸੇ ਦਿਓ ਪਲੀਜ਼, ਹੋਰ ਨਾ ਦਿਓ, ਹੋਰ ਨਾ। ਤੇ ਇਸ ਭੈਣ ਦੀ ਤੁਸੀਂ ਹਾਲਤ ਦੇਖੋ, ਇਸ ਭੈਣ ਦੇ ਨਾਲ
ਕੀ ਦੁਰਗਤੀ ਹੁੰਦੀ ਹੋਊਗੀ ਇਹ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿਹੜੀ ਸਾਨੂੰ ਵੀਰੇ ਨੇ ਰਵਿੰਦਰ ਵੀਰੇ ਨੇ ਵੀਡੀਓ ਬਣਾ ਕੇ ਭੇਜੀ ਸੀਗੀ ਆ ਚੱਕ ਦੇ ਪੁੱਤ, ਉਹ ਅਰਧ ਨਗਨ ਹਾਲਤ ਦੇ ਵਿੱਚ ਸੀਗੀ ਭੈਣ। ਇਹਦੀ ਭੈਣ ਦੀ ਕੱਲ ਵੀਡੀਓ ਸਾਨੂੰ ਆਈ, ਓਸਵਾਲ ਹਸਪੀਟਲ ਦੇ ਬਾਹਰ ਬੈਠੀ ਸੀ ਭੈਣ ਇਹ, ਉਹ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ। ਉਹਦੇ ਵਿੱਚ ਬਿਲਕੁਲ ਨਗਨ ਅਵਸਥਾ ਚ ਬੈਠੀ ਸੀ ਇਹ ਭੈਣ। ਜਦੋਂ ਅਸੀਂ ਉੱਥੇ ਪਹੁੰਚੇ ਸਾਡੇ ਟੀਮ ਦੇ ਮੈਂਬਰ ਉੱਥੋਂ ਸਾਨੂੰ ਮਿਲੀ ਨੀ, ਉੱਥੋਂ ਇਹ ਭੈਣ ਜਾ ਚੁੱਕੀ ਸੀਗੀ। ਕੱਲ ਸ਼ਾਮ ਤੱਕਰ ਵੀ ਸਾਡੇ ਟੀਮ ਦੇ ਮੈਂਬਰ ਇਹਨੂੰ ਆਸੇ ਪਾਸੇ ਦੇਖਦੇ ਰਹੇ ਵੀ ਸ਼ਹਿਰ ਕਿਤੋਂ ਮਿਲ ਜਾਵੇ ਭੈਣ, ਪਰ ਨਹੀਂ ਮਿਲੀ। ਤਾਂ ਅੱਜ ਹੁਣ ਸਾਨੂੰ ਵੀਡੀਓ ਆਉਂਦੀ ਆ ਵੀ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਬੈਠੀ ਆ ਭੈਣ, ਇਹ ਵੀਰੇ ਵੱਲੋਂ ਭੇਜੀ ਗਈ ਵੀਡੀਓ ਰਜਿੰਦਰ ਵੀਰੇ ਵੱਲੋਂ। ਤਾਂ ਅਸੀਂ ਤੁਰੰਤ ਜਿਹੜੀ ਸਾਡੇ ਟੀਮ ਮੈਂਬਰਾਂ ਨੂੰ ਲੈ ਕੇ ਹਰਜੀਤ ਭੈਣ ਤੇ ਸਾਡੀ ਨਵਦੀਪ ਭੈਣ ਨੂੰ ਅਸੀਂ ਇੱਥੇ ਪਹੁੰਚੇ ਆ। ਇਹ ਭੈਣ ਆਪਣਾ ਨਾਂ ਕੱਟ ਜਿਹਾ ਦੱਸਦੀ ਆ, ਗੱਲਬਾਤ ਦੇ ਲਹਿਜੇ ਤੋਂ ਲੱਗਦਾ ਜਿਵੇਂ ਸ਼ਾਇਦ ਇਹ ਭੈਣ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ, ਜਿੱਦਾਂ ਇਹਨਾਂ ਨੇ ਨਾਮ ਦੱਸਿਆ ਵਾ। ਆਪਣੇ ਪਤੀ ਦਾ ਨਾਂ ਜੁਗਨੂ ਦੱਸਦੇ ਆ, ਪਲੀਜ਼ ਜੇ ਕੋਈ ਪਹਿਚਾਣਦਾ ਇਹਨਾਂ ਨੂੰ, ਜੇ ਕੋਈ ਜਾਣਦਾ ਇਹਨਾਂ ਨੂੰ ਤਾਂ ਸੰਪਰਕ ਕਰੋ। ਸਾਡੇ ਨੰਬਰ ਦਿੱਤੇ ਹੋਏ ਆ ਪੇਜ ਦੇ ਉੱਪਰ। ਯੰਗ ਆ ਕੁੜੀ, ਪੜ੍ਹੀ ਲਿਖੀ ਵੀ ਲੱਗਦੀ ਆ, ਸਮਝਦਾਰ ਵੀ, ਮੈਂਟਲੀ ਠੀਕ ਨੀ ਹੈਗੀ। ਤੇ ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਦੀ ਸੜਕਾਂ ਤੇ ਕੀ ਦੁਰਗਤੀ ਹੁੰਦੀ ਆ, ਕਿੱਦਾਂ ਕਿੱਦਾਂ ਦਾ ਇਹਨਾਂ ਨੂੰ ਹਵਾਨ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ, ਇਹ ਅਸੀਂ ਅਕਸਰ ਹਰ ਰੋਜ਼ ਸੋਸ਼ਲ ਮੀਡੀਆ ਰਾਹੀਂ, ਨਿਊਜ਼ ਪੇਪਰਾਂ ਰਾਹੀਂ, ਨਿਊਜ਼ ਚੈਨਲਾਂ ਰਾਹੀਂ ਸੁਣਦੇ ਆ, ਦੇਖਦੇ ਆ। ਜਦੋਂ ਰਾਤ ਦਾ ਅੰਧੇਰਾ ਹੁੰਦਾ ਉਹ ਗਿੱਧ ਨੋਚ ਨੋਚ ਕੇ ਖਾਂਦੇ ਨੇ, ਉਹ ਭੇੜੀਏ ਨੋਚ ਨੋਚ ਕੇ ਖਾਂਦੇ ਨੇ ਇੱਦਾਂ ਦੀਆਂ ਭੈਣਾਂ। ਇਸ ਭੈਣ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਹੋਵੇ, ਆਪਣੇ ਪਰਿਵਾਰ ਦੇ ਵਿੱਚ ਬਤੀਤ ਹੋਵੇ, ਉਹਦੇ ਲਈ ਪਲੀਜ਼ ਅਰਦਾਸ ਵੀ ਕਰਿਓ। ਉਹ ਮਿਹਰ ਕਰੇ ਉਹ ਅੱਲਾ, ਉਹ ਰਾਮ, ਵਾਹਿਗੁਰੂ ਭਗਵਾਨ, ਕਿ ਭੈਣ ਆਪਣਿਆਂ ਤੱਕਰ ਪਹੁੰਚ ਸਕੇ, ਆਪਣੇ ਬੱਚਿਆਂ ਤੱਕਰ, ਆਪਣੇ ਮਾਂ ਬਾਪ, ਆਪਣੇ ਪਰਿਵਾਰ ਤੱਕਰ ਪਹੁੰਚ ਸਕੇ। ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ। ਕਟੀਜਾ ਹਮ ਤੇਰੇ ਕੋ ਇਧਰ ਗਾੜੀ ਮੇ ਨਾ ਛੋੜ ਦਿੱਤੇ ਹਨ, ਦੇਖੋ ਜੀ ਗਾੜੀ, ਚਲੋ ਬੈਠੋ, ਉਠੋ ਉਠੋ ਦੀਦੀ ਉਠੋ। ਇਹ ਦਿਖਦੀ ਨੀ ਨਾ ਸਿਸਟਮ ਨੂੰ, ਇਹਦੇ ਲਈ ਕੋਈ ਇੰਤਜ਼ਾਮ ਨੀ, ਕੋਈ ਨਾਈਟ ਸ਼ੈਲਟਰ ਨੀ, ਕੋਈ ਪ੍ਰਬੰਧ ਨੀ। ਇਹਨਾਂ ਭੈਣਾਂ ਦੀ ਸਾਡੀਆਂ ਦੀ ਜਿਹੜੀ ਬੇਪਤੀ ਹੁੰਦੀ ਆ ਉਹਦਾ ਕੋਈ ਮੁੱਲ ਨੀ, ਉਹਦਾ ਕੋਈ ਦੇਣਦਾਰ ਨੀ, ਕੋਈ ਦੇਖਣ ਵਾਲਾ ਨੀ, ਕੋਈ ਪੁੱਛਣ ਵਾਲਾ ਨੀ, ਜਿਉਂਦੇ ਜੀ ਕੋਈ ਵੈਲਿਊ ਨੀ ਇਹਦੀ। ਮਰਨ ਤੋਂ ਬਾਅਦ ਤੇਰੀ ਬੋਡੀ ਨੂੰ ਲੈ ਜਾਣਗੇ ਚੱਕ ਕੇ ਕੋਈ ਨਾ ਕੋਈ ਆ ਕੇ ਮਿਊਨਿਸਪਲ ਕਮੇਟੀ ਦੀ ਗੱਡੀ, ਪਰ ਜਿਉਂਦੀ ਨੂੰ ਚੱਕਣ ਵਾਲਾ ਕੋਈ ਨੀ ਇਸ ਭੈਣ ਨੂੰ ਸਾਡੇ। ਭੈਣੇ ਕੀ ਨਾਮ ਦੱਸਿਆ ਤੂੰ ਆਪਣਾ? ਖਤੀਜਾ। ਖਤੀਜਾ ਔਰ ਪਤੀ ਦਾ ਨਾਮ ਕਿਆ ਹੈ? ਜੁਗਨੂ। ਔਰ ਬੱਚੇ ਹੈ? ਦੋ ਬੱਚੇ ਹੈ। ਔਰ ਤੁਹਾਡੇ ਪਤੀ ਕਿਆ ਕਰਦੇ ਹੈ? ਸ਼ੋਹਰ ਦਾ ਕੰਮ ਕਰਦੇ ਬੇਟਾ। ਕਿਆ? ਚੁੰਨਾ ਡਾਲਤੇ ਬੇਟਾ। ਚੁੰਨਾ ਡਾਲਤੇ ਹੈ। ਹਾਂ, ਚੁੰਨਾ ਡਾਲਤੇ। ਔਰ ਤੁਹਾਡੇ ਅੱਬੂ? ਅੱਬਾ ਨਹੀਂ ਹੈ, ਮਰ ਗਏ। ਮਰ ਗਏ ਅੱਬਾ? ਅੰਮੀ ਮਰ ਗਏ, ਅੰਮੀ ਵੀ ਮਰ ਗਏ। ਔਰ ਸਸੁਰਾਲ ਮੇ ਕਹਾਂ ਪੇ ਤੇਰਾ ਮਾਇਕਾ? ਕਹਾਂ ਪੇ ਦੀਦੀ? ਬੋਰਾ ਬੰਡਾ। ਬੋਰਾ ਬੰਡਾ। ਔਰ ਸ਼ਾਦੀ ਕਹਾਂ ਹੋਏ ਤੁਹਾਡਾ? ਤੂੰ ਮੇਰੀ ਦੀਦੀ ਹੈ। ਰੋਣਾ ਨਹੀਂ ਹੈ ਦੀਦੀ, ਰੋਣਾ ਨਹੀਂ ਹੈ।
ਦੋਨਾਂ ਨੇ ਮੇਰੀ ਭੈਣ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਾਹਿਬਾਂ ਮਹਾਰਾਜ ਮਿਹਰ ਕਰਿਓ ਮੇਰੀ ਭੈਣ ਤੇ, ਅੱਲਾ ਤਾਲਾ ਮਿਹਰ ਕਰਿਓ ਮੇਰੀ ਛੋਟੀ ਭੈਣ ਤੇ, ਇਹਦਾ ਘਰ ਲੱਭ ਜੇ ਮੇਰੀ ਭੈਣ ਦਾ, ਹੈਨਾ ਘਰ ਜਾਏਗੀ ਅਫਰੀਨ ਕੇ ਪਾਸ, ਹੈਨਾ ਅਫਰੀਨ ਅਫਰੀਨ ਬੇਟੀ ਕਾ ਨਾਮ ਹੈ ਨਾ, ਅਫਰੀਨ ਕੇ ਪਾਸ ਜਾਏਗੇ ਡੋਰ ਲਗਾ ਦੇ। ਦੇਖੋ ਅੰਗਰੇਜ਼ੀ ਦੇ ਵਿੱਚ ਕਹਿ ਰਹੀ ਹੈ ਨਾ ਵੀ ਡੋਰ ਲਗਾ ਦੋ, ਦਰਵਾਜ਼ਾ ਨੀ ਕਹਿ ਰਹੀ। ਹਾਂਜੀ ਠੀਕ ਆ, ਠੀਕ ਆ ਬਾਈ ਜੀ। ਉਸ ਪਰਿਵਾਰ ਨੂੰ ਲੱਭਣ ਲਈ ਜਿਹਦੇ ਵਿੱਚ ਆਪਣੀ ਬੇਟੀ ਦਾ ਨਾਂ ਅਫਰੀਨ ਦੱਸਦੀ ਆ ਭੈਣ, ਅਫਰੀਨ ਤੱਕ ਲੈ ਕੇ ਜਾਣ ਲਈ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ, ਆਪਣੇ ਆਸ ਪਾਸ ਖਿਆਲ ਰੱਖਿਆ ਕਰੋ ਜਿੱਦਾਂ ਇਹਨਾਂ ਵੀਰਾਂ ਨੇ ਜ਼ਿੰਮੇਵਾਰੀ ਸਮਝਦੇ ਆ। ਦੇਖੋ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਤਾਂ ਪਾਈ ਸਕਦੇ ਆ ਨਾ, ਹੋਰ ਨੀ ਕੁਛ ਕਰ ਸਕਦੇ ਆਪਾਂ। ਤੁਹਾਡੇ ਕੋਲੇ ਹਰੇਕ ਦੀ ਜੇਬ ਦੇ ਵਿੱਚ ਇੱਕ ਚੈਨਲ ਆ, ਆਜ ਤੱਕ ਚੈਨਲ ਵਰਗਾ ਚੈਨਲ ਆ, ਤੁਸੀਂ ਘੱਟੋ ਘੱਟ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਤਾਂ ਪਾਓ ਨਾ, ਕੋਈ ਨਾ ਕੋਈ ਆਪੇ ਸੁਣ ਲੈਂਦਾ, ਕੋਈ ਖਬਰਾਂ ਕਿਹਦੀ ਮਹਾਰਾਜ ਨੇ ਕਦੋਂ ਕਿੱਥੇ ਸੁਣ ਲੈਣੀ ਆ। ਇਹਨਾਂ ਵੀਰਾਂ ਨੇ ਅੱਜ ਉਪਰਾਲਾ ਕੀਤਾ ਸਾਨੂੰ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸੇਵਾ ਬਖਸ਼ ਧੰਨਵਾਦ ਆ ਬਾਈ ਦਾ, ਅਰਦਾਸ ਕਰਿਓ ਅਸੀਂ ਇਸ ਭੈਣ ਦੀ ਸੇਵਾ ਸੰਭਾਲ ਕਰ ਸਕੀਏ, ਇਸ ਭੈਣ ਨੂੰ ਇਹਦੇ ਆਪਣਿਆਂ ਤੱਕ ਪਹੁੰਚਾ ਸਕੀਏ। ਤੇ ਜੇ ਤੁਸੀਂ ਪਹਿਚਾਣਦੇ ਹੋ ਤਾਂ ਸੰਪਰਕ ਕਰੋ, ਜੇ ਨਹੀਂ ਪਹਿਚਾਣਦੇ ਤਾਂ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।